ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਪਿਛਲੀ ਮੈਂ ਵੀਡੀਓ ਪਾਈ ਸੀ, ਮੈਂ ਸਾਰਾ ਤੁਹਾਨੂੰ ਦਿਖਾਇਆ ਸੀ ਉਹਦੇ 'ਤੇ, ਹੈ ਨਾ, ਕਿ ਰੁਮਾਨੀਆ ਤੋਂ ਜੇ ਕਿਸੇ ਨੇ ਜਾਣਾ ਵਾ ਸਰਬੀਆ ਨੂੰ ਤੂੰ ਕਿੱਦਾਂ ਜਾ ਸਕਦਾ ਵਾ ਅਤੇ ਕੀ ਪ੍ਰੋਬਲਮ ਆ ਸਕਦੀਆਂ ਵਾ। ਸੋ ਮੈਂ ਤੁਹਾਨੂੰ ਸਾਰਾ ਬਾਰਡਰ ਵਗੈਰਾ ਸਾਰਾ ਦਿਖਾਇਆ ਸੀ ਕਿ ਕਿੱਦਾਂ ਆਪਾਂ ਜਾਂਦੇ ਹਾਂ ਜੇ ਵੋ। ਜਿਹੜੀ ਆਹ ਵੀਡੀਓ ਵਾ ਇਹਦੇ ਵਿੱਚ ਮੈਂ ਤੁਹਾਨੂੰ ਦੱਸੂੰਗਾ ਕਿ ਕੀ ਜਿਹੜੀਆਂ ਪ੍ਰੋਬਲਮ ਆ ਉਹ ਆ ਸਕਦੀਆਂ ਜਾਂ ਆ ਰਹੀਆਂ ਵਾ, ਠੀਕ ਆ। ਅਤੇ ਜਿਹੜੇ ਬੰਦੇ ਰੁਮਾਨੀਆ ਤੋਂ ਜਾਂ ਸਰਬੀਆ ਦੇ ਆਲੇ ਦੁਆਲੇ ਜਿਹੜੇ ਕੰਟਰੀ ਆ ਉਹਨਾਂ ਤੋਂ ਜਿਹੜੇ ਜਾਂਦੇ ਆ ਸਰਬੀਆ ਨੂੰ, ਜਾਂ ਫਿਰ ਇੰਡੀਆ ਤੋਂ ਜਿਨ੍ਹਾਂ ਨੇ ਸਰਬੀਆ ਆਉਣਾ ਵਾ ਅਤੇ ਉੱਥੋਂ ਆਪਣੀ ਡੈਸਟੀਨੇਸ਼ਨ 'ਤੇ ਜਾਣਾ, ਫੋਰ ਐਗਜ਼ਾਮਪਲ ਕਿਸੇ ਨੇ ਰੁਮਾਨੀਆ ਐਂਟਰ ਹੋਣਾ, ਹੰਗਰੀ ਜਾਣਾ, ਇਟਲੀ, ਆਸਟਰੀਆ, ਮੈਂ ਕਿਸੇ ਨੂੰ ਇਹ ਨਹੀਂ ਕਹਿੰਦਾ ਹੈ ਨਾ ਕਿ ਤੁਸੀਂ ਉੱਧਰ ਦੀ ਜਾਓ, ਬਟ ਮੈਂ ਤੁਹਾਨੂੰ ਦੱਸ ਰਿਹਾ ਕਿ ਪ੍ਰੋਬਲਮ ਆ ਸਕਦੀਆਂ ਉੱਥੇ। ਸੋ ਸਭ ਤੋਂ ਪਹਿਲਾਂ ਕਿ ਇੰਡੀਆ ਤੋਂ ਜਿੱਦਾਂ ਹੁਣ ਬੰਦੇ ਲੈ ਆਉਂਦੇ ਆ ਨਾ, ਕਿ ਤੁਸੀਂ ਇੰਡੀਆ ਤੋਂ ਕਹਿੰਦੇ ਕਿ ਵੀਜ਼ਾ ਫਰੀ ਆ ਕੰਟਰੀ, ਇੰਡੀਆ ਤੋਂ ਟਿਕਟ ਬੁਕਿੰਗ ਸਾਰਾ ਪ੍ਰੋਪਰ ਕਰਾਓ ਅਤੇ ਸਰਬੀਆ ਐਂਟਰ ਹੋ ਜਾਓ, ਉੱਥੋਂ ਫਿਰ ਅੱਗੇ ਨਿਕਲੋ, ਕਿਉਂਕਿ ਇਹ ਇੱਕ ਸਸਤਾ ਵੇ ਆ, ਉੱਥੋਂ ਚਾਂਸ ਬਣਦੇ ਆ, ਚਾਂਸ ਹੁੰਦੇ ਵੀ ਆ। ਬਟ ਇਹਨਾਂ ਦਿਨਾਂ ਵਿੱਚ, ਦਸੰਬਰ 'ਚ ਤੁਸੀਂ ਵੀਡੀਓ ਦੇਖ, ਜਨਵਰੀ ਦੇ ਵਿੱਚ ਤੁਸੀਂ ਵੀਡੀਓ ਦੇਖ ਰਹੇ ਆ 2022 ਦੇ ਵਿੱਚ, ਅਤੇ ਦਸੰਬਰ ਦਾ ਮਹੀਨਾ, ਜਨਵਰੀ ਦਾ ਅਤੇ ਫਰਵਰੀ, ਇਹ ਦੋ ਤਿੰਨ ਮਹੀਨੇ ਜਿਹੜੇ ਆ ਇਹ ਥੋੜ੍ਹੀ ਪ੍ਰੋਬਲਮ ਹੁੰਦੀ ਆ, ਕਿਉਂਕਿ ਜਿੰਨੇ ਵੀ ਖੇਤ ਆ ਬਾਰਡਰ ਲਾਈਨ ਦੇ ਇੱਧਰ ਉੱਧਰ, ਹੈ ਨਾ, ਉਹ ਸਾਰੇ ਵਾਹੇ ਹੋਏ ਆ, ਜਿੰਨੇ ਵੀ ਆ ਖੇਤ ਸਾਰੇ ਵਾਹੇ ਆ, ਕੁਛ ਨਹੀਂ ਹੈਗਾ ਉੱਥੇ, ਕਣਕਾਂ ਬੀਜੀਆਂ ਵਾ ਹੁਣ, ਬਟ ਕਣਕਾਂ ਬਹੁਤ ਛੋਟੀਆਂ ਵਾ, ਜਦੋਂ ਮੱਕੀ ਜਵਾਰ ਜਿਹੜੀ ਆ ਮੱਕੀ ਉਹ ਵੱਡੀ ਹੋ ਜਾਂਦੀ ਆ, ਜਾਂ ਸਰੋਂ ਵੱਡੀ ਹੋ ਜਾਂਦੀ, ਜਾਂ ਕਣਕਾਂ ਵੱਡੀਆਂ ਹੋ ਜਾਂਦੀਆਂ, ਅਤੇ ਫਿਰ ਬੰਦੇ ਨਿਕਲਦੇ ਆ, ਲੰਘਦੇ ਆ। ਬਟ ਇਹਨਾਂ ਦਿਨਾਂ ਵਿੱਚ ਇੱਦਾਂ ਦੀ ਪ੍ਰੋਬਲਮ ਆ ਰਹੀ ਹੈ, ਕਿਉਂਕਿ ਪੱਧਰਾ ਵਾ ਦੂਰ ਤੋਂ ਬੰਦਾ ਦੀਂਦਾ ਵਾ। ਜੋ ਐਕਸਪੀਰੀਅੰਸ ਮੈਂ ਕੀਤਾ ਜਾਂ ਜਿਹੜਾ ਉੱਥੇ ਮੈਨੂੰ ਮੁੰਡੇ ਮਿਲੇ, ਮੈਂ ਉਹਨਾਂ ਕੋਲੋਂ ਜਿਹੜਾ ਚੀਜ਼ ਦੇਖੀ ਆ ਜਾਂ ਉਹਨਾਂ ਦੇ ਮੂੰਹੋਂ ਸੁਣੀ ਆ, ਤਾਂ ਪਲੀਜ਼ ਇਹਨਾਂ ਦਿਨਾਂ ਵਿੱਚ ਤੁਸੀਂ ਨਾ ਆਓ, ਜੇ ਤੁਸੀਂ ਕੋਈ ਇੱਦਾਂ ਦਾ ਕੰਮ ਕਰਨ ਵਾਸਤੇ ਆ ਰਹੇ ਹਨ ਸਰਬੀਆ, ਕੋਈ ਫਾਇਦਾ ਨਹੀਂ, ਉੱਥੇ ਬਹਿ ਕੇ ਤੁਸੀਂ ਖਾਓਗੇ। ਸਰਬੀਆ ਬਹੁਤ ਮਹਿੰਗਾ ਵਾ, ਹੈਗਾ ਚਾਹੇ ਉਹ ਵੀਜ਼ਾ ਫਰੀ ਕੰਟਰੀ ਆ, ਬਟ ਬਹੁਤ ਮਹਿੰਗਾ ਵਾ ਸਰਬੀਆ, ਅਤੇ ਉਹ ਇਸੇ ਕਰਕੇ ਜ਼ਿਆਦਾ ਮਹਿੰਗਾ ਹੋਇਆ ਵਾ। ਸੋ ਇਸ ਕਰਕੇ ਪਲੀਜ਼ ਇਹਨਾਂ ਦਿਨਾਂ 'ਚ ਨਾ ਆਓ, ਕਿਉਂਕਿ ਤੁਸੀਂ ਆਪਣਾ ਟਾਈਮ ਅਤੇ ਪੈਸਾ ਵੇਸਟ ਕਰੋਗੇ। ਹਾਂ, ਇੱਕਾ ਦੁੱਕਾ ਬੰਦੇ ਆ ਜਿਨ੍ਹਾਂ ਦਾ ਚਾਂਸ ਬਣ ਜਾਂਦਾ, ਬਟ ਬਹੁਤੇ ਬੰਦੇ ਸਟੱਕ ਹੋਏ ਆ ਉੱਥੇ, ਉੱਥੇ ਰੁਕੇ ਆ। ਸੋ ਇਸ ਕਰਕੇ ਜਿਹੜੀ ਹੁਣ ਤੁਹਾਨੂੰ ਮੈਂ ਮੇਨ ਇਹਨਾਂ ਦਿਨਾਂ ਦੀ ਜਿਹੜੀ ਦੱਸ ਦਿੰਦਾ ਵਾਂ ਗੱਲ, ਜਿਹੜੀ ਹੁਣ ਹੋ ਰਹੀ ਆ ਰੁਮਾਨੀਆ ਤੋਂ ਸਰਬੀਆ ਵਾਸਤੇ, ਟ੍ਰੇਨ ਵਗੈਰਾ ਜਿਹੜੀ ਆ, ਬੱਸ ਵਗੈਰਾ ਨਹੀਂ ਹੈਗੀ, ਠੀਕ ਆ। ਇੱਕ ਅੱਧੀ ਕੋਈ ਬੱਸ ਜਾਂ ਟ੍ਰੇਨ ਹੋਊਗੀ, ਬਟ ਉਹ ਵੀ ਟਾਈਮ ਟੂ ਟਾਈਮ ਨਹੀਂ ਹੈਗੀ, ਕ੍ਰਿਸਮਿਸ ਦੇ ਕਰਕੇ ਜਾਂ ਨਵੇਂ ਸਾਲ ਦੇ ਕਰਕੇ, ਇੱਕ ਕੋਵਿਡ ਦੇ ਕਰਕੇ। ਇਸ ਤੋਂ ਇਲਾਵਾ ਜੇ ਤੁਸੀਂ ਸਰਬੀਆ ਤੋਂ, ਜੇ ਤੁਹਾਡੇ ਕੋਲ ਵੀਜ਼ਾ ਵਾ, ਤੁਸੀਂ ਬਲਗੇਰੀਆ ਜਾਣਾ ਚਾਹੁੰਦੇ ਹਾਂ, ਅਤੇ ਉਹਦੇ ਵਾਸਤੇ ਇਹਨਾਂ ਦਿਨਾਂ ਵਿੱਚ ਟ੍ਰੇਨ ਬੰਦ ਆ, ਟ੍ਰੇਨ ਨਹੀਂ ਚੱਲਦੀ ਪਈ ਹੈਗੀ ਆ, ਜਿਹੜੀ ਸਰਬੀਆ ਤੋਂ ਬਲਗੇਰੀਆ ਨੂੰ ਜਾਂਦੀ ਆ, ਟ੍ਰੇਨ ਬੰਦ ਆ। ਫਿਰ ਇੱਕ ਬੱਸ ਜਾਂਦੀ ਆ ਨੀਸ ਤੋਂ, ਜਿਹੜਾ ਨੀਸ ਸ਼ਹਿਰ ਆ ਸਰਬੀਆ ਦਾ, ਉਹ ਨੀਸ ਤੋਂ ਸੋਫੀਆ ਨੂੰ, ਉਹ ਸਵੇਰੇ 4 ਵਜੇ ਜਾਂਦੀ ਹੈ, ਇੱਕੋ ਹੀ ਬੱਸ ਆ। ਅਤੇ ਉਸ ਤੋਂ ਇਲਾਵਾ ਜਾਂ ਤਾਂ ਤੁਹਾਨੂੰ ਟੈਕਸੀ ਲੈਣੀ ਪਊਗੀ, ਜਿਹੜੀ 100 ਯੂਰੋ ਜਾਂ 120 ਯੂਰੋ ਇੱਥੇ ਕੁ ਜਿਹੜੀ ਮਿਲੂਗੀ, ਜਿਹੜਾ ਜਿਹਦੇ ਤੁਸੀਂ ਜਾਣਾ ਵਾ ਬਲਗੇਰੀਆ ਤੋਂ ਸਰਬੀਆ ਨੂੰ, ਅਤੇ ਉਹ ਵੀ ਤੁਹਾਨੂੰ ਬਾਰਡਰ 'ਤੇ ਲਾ ਦੇਣਗੇ। ਉਦੋਂ ਤੁਹਾਨੂੰ ਤੁਸੀਂ ਤੁਰ ਕੇ ਕ੍ਰੋਸ ਕਰਨਾ, ਉਸ ਤੋਂ ਅੱਗੇ ਕੋਸ਼ਿਸ਼ ਕਰੋ ਕਿ ਡੇ ਟਾਈਮ ਹੀ ਤੁਸੀਂ ਜਾਇਓ, ਕਿਉਂਕਿ ਰਾਤ ਨੂੰ ਬਹੁਤ ਪ੍ਰੋਬਲਮ ਆ। ਜੇ ਤੁਸੀਂ ਰਾਤ ਨੂੰ ਬਾਰਡਰ ਕ੍ਰੋਸ ਕਰਦੇ ਜਾਂ ਬਾਰਡਰ 'ਤੇ ਪਹੁੰਚ ਜਾਂਦੇ ਹੋ, ਤਾਂ ਤੁਸੀਂ ਬਾਰਡਰ ਨਹੀਂ ਕ੍ਰੋਸ ਕਰ ਸਕਦੇ, ਕਿਉਂਕਿ ਬਾਰਡਰ ਜਦੋਂ ਤੁਸੀਂ ਬਲਗਾਰੀਆ ਦੇ ਬਾਰਡਰ 'ਤੇ ਐਂਟਰ ਹੋ ਗਏ ਲੀਗਲ, ਜੇ ਤੁਹਾਡੇ ਕੋਲ ਵੀਜ਼ਾ ਵਾ, ਅਤੇ ਉੱਥੋਂ ਘੱਟੋ ਘੱਟ ਤੁਹਾਨੂੰ 15 ਕਿਲੋਮੀਟਰ ਤੁਰ ਕੇ ਜਾ ਕੇ ਅੱਗੇ ਇੱਕ ਪਿੰਡ ਆਉਂਦਾ ਵਾ, ਉੱਥੋਂ ਟ੍ਰੇਨ ਮਿਲੂਗੀ, ਉੱਥੋਂ ਹੀ ਟੈਕਸੀ ਮਿਲੂਗੀ, ਅਦਰਵਾਈਜ਼ ਨਹੀਂ ਮਿਲੂਗੀ। ਸੋ ਇਹ ਜਿਹੜੀਆਂ ਚੀਜ਼ਾਂ ਵਾ, ਇਹ ਪ੍ਰੋਬਲਮਾਂ ਹੋਈਆਂ ਵਾ ਸਾਡੇ ਨਾਲ, ਅਸੀਂ ਫੇਸ ਕਰਕੇ ਆਏ ਹਾਂ। ਸੋ ਇਸ ਕਰਕੇ ਇਹਨਾਂ ਦਿਨਾਂ ਵਿੱਚ ਜਾਣਾ ਵਾ, ਡੇ ਟਾਈਮ ਜਾਇਓ, ਤੁਹਾਡਾ ਆਪਦਾ ਤੁਹਾਡੇ ਕੋਲ ਸਾਧਨ ਹੋਣਾ ਚਾਹੀਦਾ ਵਾ, ਗੱਡੀ ਵਗੈਰਾ ਜਾਂ ਕੁਝ ਵੀ ਆ, ਜਾਂ ਪ੍ਰੋਪਰ ਆਪਣੀ ਤਿਆਰੀ ਕਰਕੇ ਜਾਇਓ। ਉਸ ਤੋਂ ਇਲਾਵਾ ਗੱਲ ਕਰ ਲੈਂਦੇ ਹਾਂ, ਜੇ ਤੁਸੀਂ ਬਲਗੇਰੀਆ ਆ ਗਏ ਹਾਂ, ਉੱਥੋਂ ਜੇ ਰੁਮਾਨੀਆ ਐਂਟਰ ਹੋਣਾ ਵਾ, ਅਤੇ ਇਹਨਾਂ ਦਿਨਾਂ ਵਿੱਚ ਜਿਹੜੀ ਆ ਬੱਸ ਵਾ, ਟੈਕਸੀ ਆ, ਉਹ ਵੀ ਆ ਬਹੁਤ, ਬੱਸ ਜਿਹੜੀਆਂ ਤਕਰੀਬਨ ਨਹੀਂ ਜਾ ਰਹੀਆਂ ਹੈਗੀਆਂ, ਠੀਕ ਆ। ਅਤੇ ਟੈਕਸੀ ਜਿਹੜੀ ਉਹ ਵੀ, ਉਹਦਾ ਵੀ ਉਹੀ ਸੇਮ ਹੀ 100-120 ਯੂਰੋ ਤੁਹਾਨੂੰ ਪੇ ਕਰਨੇ ਪੈਣੇ ਆ। ਜਿਹੜਾ ਲਾਸਟ ਸਿਟੀ ਆ ਰੂਸੇ, ਬਲਗੇਰੀਆ ਦਾ, ਉਹ ਰੂਸੇ ਤੋਂ ਬੁਕਾਰੈਸਟ ਵਾਸਤੇ, ਅਤੇ ਜਿਹੜੀ ਟ੍ਰੇਨ ਆ ਉੱਦਾਂ ਤਾਂ ਇੱਕ ਦਿਨ ਡੇ ਟਾਈਮ, ਜੇ ਇੱਕ ਦਿਨ ਦੇ ਵਿੱਚ 3 ਜਾਂ 4 ਟ੍ਰੇਨਾਂ ਜਿਹੜੀਆਂ ਚੱਲਦੀਆਂ ਵਾ ਰੂਸੇ ਟੂ ਬੁਕਾਰੈਸਟ ਨੂੰ, ਬਟ ਇਹਨਾਂ ਦਿਨਾਂ ਵਿੱਚ ਇੱਕ ਟ੍ਰੇਨ ਹੀ ਚੱਲ ਰਹੀ, ਜਿਹੜੀ 2 ਵਜੇ ਆ ਰਹੀ ਆ, 2 ਤੋਂ 2:30 ਵਜੇ ਦੇ ਵਿੱਚ ਜਿਹੜੀ ਟ੍ਰੇਨ, ਇੱਕ ਟ੍ਰੇਨ ਚੱਲਦੀ ਆ ਰੂਸੇ ਤੋਂ ਰੂਸੇ ਤੋਂ ਬੁਕਾਰੈਸਟ ਨੂੰ, ਅਤੇ ਬੁਕਾਰੈਸਟ ਤੋਂ ਇੱਕ ਵਾਪਸ ਰੂਸੇ ਜਾਂਦੀ, ਸਿਰਫ ਇੱਕੋ ਹੀ ਟ੍ਰੇਨ ਚੱਲ ਰਹੀ ਇਹਨਾਂ ਦਿਨਾਂ ਵਿੱਚ।
ਕੋਵਿਡ ਦੀ ਪ੍ਰੋਬਲਮ, ਕ੍ਰਿਸਮਿਸ ਕਰਕੇ ਅਤੇ ਨਵੇਂ ਸਾਲ ਕਰਕੇ, ਇਸ ਕਰਕੇ ਛੁੱਟੀਆਂ ਦੇ ਕਰਕੇ ਇਹ ਹੋ ਗਈ ਆ। ਅਤੇ ਇਸ ਕਰਕੇ ਜੇ ਤੁਸੀਂ ਟਰੈਵਲ ਕਰਨਾ ਚਾਹੁੰਦੇ ਹੋ ਜਾਂ ਜਾਣਾ ਚਾਹੁੰਦੇ ਹੋ ਨਾ ਬਲਗਾਰੀਆ ਨੂੰ, ਤਾਂ ਆਪਦਾ ਪੂਰਾ ਪ੍ਰੋਪਰ ਆਪਦੀ ਤਿਆਰੀ ਕਰਕੇ ਜਾਇਓ। ਫੋਰ ਐਗਜ਼ਾਮਪਲ ਤੁਹਾਡੇ ਕੋਲ ਤੁਹਾਡਾ ਆਪਦਾ ਕੋਈ ਸਾਧਨ ਹੋਣਾ ਚਾਹੀਦਾ ਹੈ ਨਾ, ਜਾਂ ਫਿਰ ਤੁਹਾਨੂੰ ਤੁਹਾਡਾ ਤੁਸੀਂ ਇਸ ਹਿਸਾਬ ਨਾਲ ਜਾਓ ਕਿ ਤੁਹਾਨੂੰ ਪਤਾ ਹੋਵੇ ਕਿ ਜੇ ਅੱਗੇ ਮੈਨੂੰ ਨਹੀਂ ਕੁਝ ਮਿਲਦਾ ਤਾਂ ਮੈਂ ਕਿੱਦਾਂ ਜਾਣਾ। ਸੋ ਡੇ ਟਾਈਮ ਹੀ ਟਰੈਵਲ ਕਰਿਓ ਅਤੇ ਨਾਈਟ ਟਾਈਮ ਬਿਲਕੁਲ ਟਰੈਵਲ ਨਾ ਕਰਿਓ, ਕਿਉਂਕਿ ਠੰਡ ਬਹੁਤ ਹੋਈ ਆ ਸਰਬੀਆ ਦੇ ਵਿੱਚ ਵੀ, ਇਹਨਾਂ ਦਿਨਾਂ 'ਚ ਬਹੁਤ ਠੰਡ ਆ, ਬਲਗੇਰੀਆ 'ਚ ਵੀ, ਰੋਮੇਨੀਆ 'ਚ ਵੀ ਬਰਫ਼ ਵੀ ਪੈ ਰਹੀ ਹੈ। ਇਸ ਕਰਕੇ ਡੇ ਟਾਈਮ ਟਰੈਵਲ ਕਰਿਓ, ਰਾਤ ਦੇ ਟਾਈਮ ਬਿਲਕੁਲ ਟਰੈਵਲ ਨਾ ਕਰਿਓ, ਠੀਕ ਹੈ। ਬਾਕੀ ਜਿਹੜੇ ਇੰਡੀਆ ਤੋਂ ਆ ਰਹੇ ਆ ਉਹ ਜੇ 1-2 ਮਹੀਨੇ ਰੁਕ ਜਾਣ ਤਾਂ ਚੰਗੀ ਗੱਲ ਆ, ਕਿਉਂਕਿ ਇਹਨਾਂ ਦਿਨਾਂ 'ਚ ਬਹੁਤ ਪ੍ਰੋਬਲਮ ਆ ਜਿਹੜੇ ਇੰਡੀਆ ਤੋਂ ਆਉਂਦੇ ਆ ਸਰਬੀਆ ਨੂੰ ਸਪੈਸ਼ਲੀ ਉਹਨਾਂ ਵਾਸਤੇ। ਅਤੇ ਬਾਕੀ ਟ੍ਰੇਨਾਂ ਬੱਸਾਂ ਅਤੇ ਜਿਹੜੀਆਂ ਟੈਕਸੀਆਂ ਵਗੈਰਾ ਵਾ, ਜਿਹੜੀਆਂ ਬੱਸਾਂ ਵਗੈਰਾ ਵਾ, ਉਹ ਟਾਈਮ ਟੂ ਟਾਈਮ ਨਹੀਂ ਚੱਲ ਰਹੀਆਂ, ਬਹੁਤ ਘੱਟ ਚੱਲ ਰਹੀਆਂ। ਟੈਕਸੀ ਤੁਹਾਨੂੰ ਮਿਲ ਸਕਦੀ ਆ, ਪਰ ਟੈਕਸੀ ਵੀ ਬਾਰਡਰ 'ਤੇ ਲਾਉਂਦੀ ਆ, ਜੇ ਉਹ ਬਾਰਡਰ ਤੋਂ ਤੁਹਾਨੂੰ ਐਂਟਰ ਕਰਾ ਕੇ ਅੱਗੇ ਲੈ ਕੇ ਜਾਵੇ ਤਾਂ ਉਹ ਜ਼ਿਆਦਾ ਪੈਸੇ ਲੈਣਗੇ। ਸੋ ਇਹ ਤੁਹਾਡੇ 'ਤੇ ਡਿਪੈਂਡ ਆ ਤੁਸੀਂ ਕੀ ਕਰਨਾ ਵਾ। ਮੇਰਾ ਕੰਮ ਸੀਗਾ ਤੁਹਾਨੂੰ ਦੱਸਣਾ ਜਿਹੜਾ ਮੈਂ ਐਕਸਪੀਰੀਅੰਸ ਕੀਤਾ ਵਾ ਹੈ ਨਾ, ਕਿਉਂਕਿ ਕੁਝ ਪ੍ਰੋਬਲਮਾਂ ਜਿਹੜੀਆਂ ਮੈਂ ਫੇਸ ਕੀਤੀਆਂ, ਜਾਂ ਮੇਰੇ ਨਾਲ ਜਿਹੜੇ ਮੁੰਡੇ ਗਏ ਸੀਗੇ ਹੈ ਨਾ, ਜਿਹੜਾ ਅਸੀਂ ਗਏ ਸੀ ਘੁੰਮਣ ਨੂੰ, ਸੋ ਅਸੀਂ ਜਿਹੜੀਆਂ ਪ੍ਰੋਬਲਮ ਫੇਸ ਕੀਤੀਆਂ ਮੈਂ ਉਹ ਤੁਹਾਨੂੰ ਦੱਸ ਰਿਹਾ ਵਾਂ। ਇਸ ਕਰਕੇ ਆਪਦੀ ਪ੍ਰੋਪਰ ਤਿਆਰੀ ਕਰਕੇ ਜਾਇਓ, ਇਹ ਨਾ ਹੋ ਕਿ ਤੁਸੀਂ ਬਾਅਦ 'ਚ ਉੱਥੇ ਖੱਜਲ ਹੋਵੋ, ਖਰਾਬ ਹੋਵੋ, ਠੀਕ ਆ। ਸੋ ਇਸ ਕਰਕੇ ਮੈਂ ਨਹੀਂ ਚਾਹੁੰਦਾ ਹੈ ਨਾ, ਕਿਉਂਕਿ ਜਿਹੜੀ ਚੀਜ਼ ਸਾਨੂੰ ਮੈਨੂੰ ਪਤਾ ਵਾ ਜਾਂ ਮੈਂ ਪਤਾ ਮੈਨੂੰ ਲੱਗਿਆ ਕਿ ਦੱਸਣੀ ਚਾਹੀਦੀ, ਮੈਂ ਉਹ ਤੁਹਾਨੂੰ ਦੱਸ ਰਿਹਾ ਵਾਂ। ਅਤੇ ਥੋੜ੍ਹੀ ਜਿਹੀ ਸਖਤਾਈ ਆ ਤੁਹਾਡੇ ਕੋਲ, ਸਵਾਲ ਜਵਾਬ ਵੀ ਹੋ ਸਕਦੇ, ਪੁੱਛ ਵੀ ਸਕਦੇ ਆ। ਸਰਬੀਆ ਟੂ ਰੋਮਾਨੀਆ ਬਾਰਡਰ 'ਤੇ, ਸਰਬੀਆ ਟੂ ਬਲਗੇਰੀਆ ਬਾਰਡਰ 'ਤੇ, ਬਲਗੇਰੀਆ ਤੋਂ ਰੋਮਾਨੀਆ ਬਾਰਡਰ 'ਤੇ, ਉਹ ਤੁਹਾਡੇ ਨਾਲ ਸਵਾਲ ਜਵਾਬ ਵੀ ਉਹ ਪੁੱਛ ਸਕਦੇ ਆ। ਅਤੇ ਉਹਦੇ ਨਾਲ ਤੁਹਾਡੇ ਜੋਬ ਨਾਲ ਰਿਲੇਟਡ ਹੋ ਸਕਦੇ ਆ, ਤੁਹਾਡਾ ਵੀਜ਼ਾ, TRC ਕਾਰਡ, ਤੁਹਾਡਾ ਐਗਰੀਮੈਂਟ, ਸਾਰਾ ਕੁਝ ਤੁਸੀਂ ਪ੍ਰੋਪਰ ਆਪਣਾ ਡਾਕੂਮੈਂਟ ਲੈ ਕੇ ਜਾਣੇ ਆ। ਜੇ ਤੁਸੀਂ ਰੋਮਾਨੀਆ ਤੋਂ ਸਰਬੀਆ ਜਾ ਰਹੇ ਆ ਤਾਂ ਤੁਹਾਨੂੰ ਹੋਟਲ ਬੁਕਿੰਗ ਵਗੈਰਾ ਕੋਈ ਜ਼ਰੂਰਤ ਨਹੀਂ ਹੈਗੀ, ਨਾ ਹੀ ਕੋਈ ਏਡਾ ਪੁੱਛਦੇ ਆ, ਬਟ ਤੁਸੀਂ ਕਰਾ ਕੇ ਜਾਇਓ, ਕੋਈ ਪਤਾ ਨਹੀਂ ਕਦੋਂ ਕਿਸ ਬੰਦੇ ਨੇ ਤੁਹਾਨੂੰ ਪੁੱਛ ਲੈਣਾ। ਅਤੇ ਸਰਬੀਆ ਤੋਂ ਬਲਗੇਰੀਆ ਨੂੰ ਜਾ ਰਹੇ ਤਾਂ ਤੁਸੀਂ ਉਹ ਵੀ ਉਦੋਂ ਵੀ ਕਰਾ ਕੇ ਜਾਇਓ, ਅਤੇ ਬਲਗੇਰੀਆ ਤੋਂ ਜੇ ਰੋਮਾਨੀਆ ਆ ਰਹੇ ਹਾਂ ਤਾਂ ਉਹ ਵੀ ਤਾਂ ਤੁਹਾਡੇ ਕੋਲ ਪ੍ਰੋਪਰ ਡਾਕੂਮੈਂਟ ਹੋਣੇ ਚਾਹੀਦੇ ਆ। ਬਲਗੇਰੀਆ ਤੋਂ ਜੇ ਤੁਸੀਂ ਰੋਮਾਨੀਆ ਆ ਰਹੇ, ਤੁਸੀਂ ਕਿਸ ਬੰਦੇ ਕੋਲ ਰੁਕਣਾ ਜਾਂ ਉਹਦਾ ਪੂਰਾ ਤੁਹਾਡੇ ਕੋਲ ਉਹਦੀ ਪੂਰੀ ਇਨਫੋਰਮੇਸ਼ਨ ਹੋਣੀ ਚਾਹੀਦੀ ਆ। ਜੇ ਤੁਹਾਨੂੰ ਬਾਰਡਰ ਪੁਲਿਸ ਪੁੱਛੇ ਜਾਂ ਇਮੀਗ੍ਰੇਸ਼ਨ ਪੁੱਛੇ ਤਾਂ ਤੁਹਾਨੂੰ ਦੱਸਣਾ ਚਾਹੀਦਾ ਵਾ, ਦੱਸਣਾ ਪੈਣਾ ਵਾ। ਜੇ ਤੁਹਾਡਾ ਕੋਈ ਨਹੀਂ ਹੈਗਾ ਇੱਥੇ, ਤੁਹਾਡੇ ਕੋਲ ਹੋਟਲ ਬੁਕਿੰਗ ਹੋਣੀ ਚਾਹੀਦੀ ਆ, ਉਹ ਤੁਸੀਂ ਕਰਾਉਣੀ ਆ, ਜਿੱਦਾਂ ਵੀ 1 ਵੀਕ ਦੀ ਕਰਾ ਲਓ ਜਾਂ ਜਿੱਦਾਂ ਵੀ ਕਰਾ ਲਓ, ਤੁਸੀਂ ਕਿੱਥੇ ਰੁਕਣਾ ਵਾ ਜਾਂ ਜੋ ਵੀ ਆ, ਉਹ ਸਾਰੇ ਪ੍ਰੋਪਰ ਡਾਕੂਮੈਂਟ ਤੁਹਾਡੇ ਕੋਲ ਹੋਣਗੇ, ਅਤੇ ਤਾਂ ਹੀ ਤੁਹਾਨੂੰ ਉਹ ਐਂਟਰ ਹੋਣ ਦੇਣਗੇ। ਸੋ ਇਹ ਸੀਗੀ ਅੱਜ ਦੀ ਹੈ ਨਾ ਵੀਡੀਓ, ਕਿਉਂਕਿ ਮੈਨੂੰ ਲੱਗਦਾ ਸੀ ਕਿ ਕੁਝ ਚੀਜ਼ਾਂ ਜਿਹੜੀਆਂ ਮੈਂ ਉਸ ਵੀਡੀਓ 'ਚ ਨਹੀਂ ਦੱਸ ਸਕਿਆ, ਮਿਸ ਹੋ ਗਈਆਂ, ਅਤੇ ਉਹ ਮੈਂ ਤੁਹਾਨੂੰ ਡਿਟੇਲ 'ਚ ਦੱਸ ਰਿਹਾ ਵਾਂ। ਅਤੇ ਬਾਕੀ ਆਸ ਆ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ, ਅਤੇ ਜੇ ਇਹਨਾਂ ਦਿਨਾਂ 'ਚ ਤੁਸੀਂ ਜਾਣਾ ਵੀ ਕੇਅਰਫੁੱਲ ਹੋ ਕੇ ਜਾਇਓ, ਠੀਕ ਆ, ਆਪਣੀ ਪ੍ਰੋਪਰ ਤਿਆਰੀ ਕਰਕੇ ਜਾਇਓ। ਜੇ ਕੋਈ ਸਰਬੀਆ ਜਾ ਰਿਹਾ ਜਾਂ ਇਹਨਾਂ ਤਿੰਨਾਂ ਕੰਟਰੀਆਂ 'ਚ ਜਾ ਰਿਹਾ ਵਾਂ, ਈਵਨ ਜੇ ਕੋਈ ਕਰੋਸ਼ੀਆ ਵੀ ਜਾ ਰਿਹਾ ਵਾ, ਤਾਂ ਸੋ ਇਸ ਕਰਕੇ ਕਰੋਸ਼ੀਆ ਕੁਝ ਕਾਰਨਾਂ ਕਰਕੇ ਐਂਟਰੀ ਵੀ ਨਹੀਂ ਦੇ ਰਿਹਾ, ਇਸ ਕਰਕੇ ਕਰੋਸ਼ੀਆ ਦੀ ਇਮੀਗ੍ਰੇਸ਼ਨ ਨੂੰ ਸਪੈਸ਼ਲੀ ਕਾਲ ਕਰ ਲਿਓ, ਪੁੱਛ ਲਿਓ ਕਿ ਸਾਡੇ ਕੋਲ ਆਹ ਕੰਟਰੀ ਦਾ ਅਸੀਂ ਰੈਜੀਡੈਂਟ ਹਾਂ, ਆਹ ਸਾਡੇ ਕੋਲ ਵੀਜ਼ਾ ਵਾ, ਜਾਂ ਜਿੱਦਾਂ ਵੀ ਆ ਵੀ ਤੁਸੀਂ ਐਂਟਰੀ ਦਿਓਗੇ ਜਾਂ ਕਿੱਦਾਂ ਦਿਓਗੇ, ਕੀ ਉਹਨਾਂ ਦੀ ਸ਼ਰਤਾਂ ਵਾ, ਉਹ ਸਾਰਾ ਤੁਸੀਂ ਪੁੱਛ ਲਿਓ। ਉਹ ਤੋਂ ਬਾਅਦ ਹੀ ਕੋਈ ਸਟੈਪ ਚੱਕਿਓ, ਇਹ ਨਾ ਹੋਵੇ ਕਿ ਤੁਸੀਂ ਇੱਦਾਂ ਹੀ ਚੱਲ ਜਾਓ, ਅੱਗੇ ਉਹ ਐਂਟਰੀਆਂ ਦੇਣ ਤੁਹਾਨੂੰ ਵਾਪਸ ਮੁੜਨਾ ਪਵੇ, ਤੁਹਾਡਾ ਨੁਕਸਾਨ ਹੋਵੇ, ਤੁਹਾਡੇ ਜਿਹੜੀਆਂ ਪੈਸੇ ਵੇਸਟ ਹੋ ਜਾਣ, ਟਾਈਮ ਵੇਸਟ ਹੋਵੇ। ਸੋ ਇਸ ਕਰਕੇ ਇਹ ਚੀਜ਼ ਦੱਸਣਾ ਜ਼ਰੂਰੀ ਸੀ। ਬਾਕੀ ਜੇ ਵੀਡੀਓ ਚੰਗੀ ਲੱਗੀ ਆ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਸੋ ਧੰਨਵਾਦ ਜੀ ਸਾਰਿਆਂ ਦਾ।